ਪਠਾਨਕੋਟ 'ਚ ਹੋ ਰਹੀ ਨਜਾਇਜ਼ ਮਾਈਨਿੰਗ ਨੂੰ ਰੋਕਣ ਲਈ ਮਾਈਨਿੰਗ ਵਿਭਾਗ ਵੱਲੋਂ ਮੀਟਥਰ ਬੇਲਟ ਦੇ ਵੱਖ ਵੱਖ ਸਟੋਨ ਕਰੈਸ਼ਰਾਂ ਤੇ ਛਾਪੇਮਾਰੀ ਕੀਤੀ ਗਈ। ਮਾਈਨਿੰਗ ਵਿਭਾਗ ਦੇ GM ਸੁਭਾਸ਼ ਕੁਮਾਰ ਨੇ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਦੀ ਟੀਮ ਵੱਲੋਂ 7 ਸਟੋਨ ਕਰੈਸ਼ਰਾਂ ਦੁਆਰਾ ਆਪਣੇ ਰਿਕਾਰਡ ਨਾ ਦਿਖਾਏ ਜਾਣ ਕਾਰਨ ਮਾਈਨਿੰਗ ਵਿਭਾਗ ਦੀ ਟੀਮ ਵੱਲੋਂ ਇਹਨਾਂ ਨੂੰ ਸੀਲ ਕੀਤਾ ਗਿਆ ਹੈ ਤੇ ਵਿਭਾਗ ਨੇ ਸਖ਼ਤ ਸ਼ਬਦਾਂ ਵਿੱਚ ਕਿਹਾ ਕਿ ਸੀਲ ਕੀਤੇ ਗਏ ਕਰੈਸ਼ਰਾਂ ਵੱਲੋਂ ਜਦੋਂ ਤੱਕ ਰਿਕਾਰਡ ਨਹੀਂ ਦਿਖਾਇਆ ਜਾਂਦਾ ਉਦੋਂ ਤੱਕ ਚੱਲਣ ਨਹੀਂ ਦਿੱਤੇ ਜਾਣਗੇ। ਅੱਜ ਅਸੀਂ ਸਟੋਕ ਚੈੱਕ ਕੀਤਾ, ਜਿਹੜੇ ਕਰੈਸ਼ਰਾਂ ਕੋਲ ਕਾਫੀ ਸਟੋਕ ਪਿਆ ਸੀ ਔਰ ਉਹਨਾਂ ਦੇ ਸਟੋਕ ਰਜਿਸਟਰ ਚੈੱਕ ਕੀਤੇ ਆ। ਜਿਨ੍ਹਾਂ ਕੋਲ ਸਟੋਕ ਰਜਿਸਟਰ ਨਹੀਂ ਲੱਗੇ ਹੋਏ ਉਹਨਾਂ ਨੂੰ ਹਦਾਇਤ ਕੀਤੀ ਹੈ ਕਿ ਸਟੋਕ ਰਜਿਸਟਰ ਲਗਾਏ ਜਾਣ ਅਤੇ ਜਦੋਂ ਵੀ ਕੋਈ ਔਫਿਸਰ ਕੋਈ ਡਿਪਾਰਟਮੈਂਟ ਦਾ ਜਾਂ ਹਾਇਰ ਔਫਿਸ਼ੀਅਲ ਵਿਜ਼ਿਟ ਕਰਦਾ ਤਾਂ ਉਹਨੂੰ ਦਿਖਾਇਆ ਜਾਵੇ। ਉਹ ਦੂਜੇ 7 ਕਰੈਸ਼ਰਾਂ 'ਤੇ ਅੱਜ ਰੇਡ ਕੀਤੀ ਹੈ। ਉਹਨਾਂ ਵਿੱਚੋਂ 7 ਦਾ ਜਿਹੜਾ ਸਟੋਕ ਸੀ ਉਹਨੂੰ ਆਪਾਂ ਆਪਣੇ ਕਬਜ਼ੇ 'ਚ ਲੈ ਲਿਆ ਅਤੇ ਉਹਨਾਂ ਨੂੰ ਕਹਿ ਦਿੱਤਾ ਵੀ ਇਹ ਸਾਰਾ ਚੈੱਕ ਕਰਵਾਓ, ਜੋ ਵੀ ਹੈ ਸਾਨੂੰ ਸਾਰਾ ਅਮਾਊਂਟ ਦਿਖਾਓ, ਉਸ ਤੋਂ ਬਾਅਦ ਹੀ ਤੁਸੀਂ ਜਿਹੜੀ ਕਰੈਸ਼ਰ ਚਲਾ ਸਕਦੇ ਹੋ। ਜ਼ਿਕਰਯੋਗ ਹੈ ਕਿ ਪੰਜਾਬ ਦੇ ਵਿੱਚ ਨਜਾਇਜ਼ ਮਾਈਨਿੰਗ ਦਿਨੋਂ ਦਿਨ ਵਧਦੀ ਜਾ ਰਹੀ ਹੈ ਤੇ ਸਰਕਾਰ ਨੂੰ ਲੋੜ ਹੈ ਕਿ ਨਜਾਇਜ਼ ਮਾਈਨਿੰਗ ਖਿਲਾਫ ਇਸੇ ਤਰ੍ਹਾਂ ਕਦਮ ਚੁੱਕਣ ਦੀ। ਪਠਾਨਕੋਟ ਤੋਂ ਲਵਪ੍ਰੀਤ ਸਿੰਘ ਦੀ ਰਿਪੋਰਟ।